ਸਾਨੂੰ ਬਹੁਤ ਹੀ ਖੁਸ਼ੀ ਹੋਈ ਹੈ ਕਿ ਇੱਥੋਂ ਦੀ ਪ੍ਰਬੰਧਕ ਕਮੇਟੀ ਅਤੇ ਡਾਕਟਰਾਂ ਨੇ ਮਿਲ ਕੇ ਗੁਰੂ ਘਰ ਸਿੰਘ ਸਭਾ ਵਿਖੇ ਲੈਬੋਰਟਰੀ ਖੋਲ੍ਹੀ ਹੈ। ਜਿਹੜੀ ਲੈਬੋਰਟਰੀ ਹੈ ਸੋ ਇਹ ਇੱਕ ਰਜਿਸਟਰਡ ਲੈਬੋਰਟਰੀ ਹੈ ਨੈਸ਼ਨਲ ਤੌਰ ਦੇ ਉੱਤੇ, ਜਿਹਨੂੰ ਕੋਈ ਵੀ ਚੈਲੇਂਜ ਨਹੀਂ ਕਰ ਸਕਦਾ। ਭਾਵੇਂ ਗੁਰੂ ਘਰ ਦੇ ਵਿੱਚ ਲੈਬੋਰਟਰੀ ਖੋਲ੍ਹੀ ਗਈ ਆ, ਪਰ ਇੱਥੇ ਜਿਹੜਾ ਮਰਜ਼ੀ ਪ੍ਰਾਣੀ ਆ ਕੇ ਜਿਹੜਾ ਆਪਣਾ ਇਲਾਜ ਜਿਹੜਾ ਟੈਸਟ ਜਿਹੜਾ ਕਰਾ ਸਕਦਾ। ਬਾਜ਼ਾਰ ਨਾਲੋਂ ਘੱਟ ਰੇਟਾਂ ਦੇ ਉੱਤੇ ਇਹ ਸਹੂਲਤ, ਮੈਂ ਕਹਿੰਦਾ ਵੀ ਅੱਜ ਦੇ ਇਸ ਮਹਿੰਗਾਈ ਦੇ ਦੌਰ ਵਿੱਚ ਸੋ ਇੱਕ ਬਹੁਤ ਵਧੀਆ ਪਹਿਲ ਕਦਮੀ ਆ। ਅੱਜ ਲੈਬ ਖੁੱਲ੍ਹੀ ਆ, NBAL ਤੋਂ ਪ੍ਰਮਾਣਿਤ ਆ, ਭਾਰਤ ਸਰਕਾਰ ਵੱਲੋਂ ਮਨਜ਼ੂਰ ਆ। ਇੱਥੇ ਕੀਤੇ ਟੈਸਟ ਨੂੰ ਕੋਈ ਵੀ ਡਾਕਟਰ ਵੱਲੋਂ ਚੈਲੇਂਜ ਨਹੀਂ ਹੈਗਾ, ਜੋ ਕਿ ਲੈਬ ਦੇ ਜਿਹੜੇ ਸੱਜਣ ਆਏ ਆ ਉਹਨਾਂ ਨੇ ਸਾਨੂੰ ਦੱਸਿਆ ਆ। ਇਲਾਕਾ ਨਿਵਾਸੀ ਸਮੂਹ ਜਿਹੜੇ ਸੰਗਤ ਆ ਉਹਨਾਂ ਨੂੰ ਬੇਨਤੀ ਕਰਦਾ ਕਿ 75% ਔਫ 'ਤੇ ਹਰੇਕ ਤਰ੍ਹਾਂ ਦਾ ਟੈਸਟ, ਬੋਡੀ ਟੈਸਟ ਜਿਹੜਾ ਸਾਰੇ ਹੀ ਟੈਸਟ ਆ ਉਹ ਕੀਤੇ ਜਾਂਦੇ ਆ। ਸਾਡੀ ਲਾਈਫ ਕੇਅਰ ਫਾਊਂਡੇਸ਼ਨ ਦੀ ਲੈਬਾਂ ਤਕਰੀਬਨ 70 ਤੋਂ ਉੱਪਰ ਚੱਲ ਰਹੀਆਂ ਪੰਜਾਬ ਦੇ ਵਿੱਚ, ਔਰ 7 ਲੈਬਾਂ ਹਰਿਆਣਾ ਦੇ ਵਿੱਚ ਵੀ ਚੱਲ ਰਹੀਆਂ। ਜਿਹਨੇ ਵੀ ਸੈਂਪਲ ਦੇਣਾ ਸਵੇਰੇ ਖਾਲੀ ਪੇਟ 7 ਵਜੇ ਤੋਂ 12 ਵਜੇ ਦੇ ਵਿੱਚ ਵਿੱਚ ਖਾਲੀ ਪੇਟ ਆ ਕੇ ਇੱਥੇ ਸੈਂਪਲ ਦੇ ਸਕਦਾ। ਮੈਂ ਇਹ ਵੀ ਬੇਨਤੀ ਕਰੂੰਗਾ ਨਕੋਦਰ ਦੀ ਸਾਧ ਸੰਗਤ ਨੂੰ, ਜੇ ਕਿਸੇ ਸਾਧ ਸੰਗਤ ਨੇ ਆਪਣੇ ਪਿੰਡ ਦੇ ਵਿੱਚ ਆਪਣੇ ਏਰੀਏ ਦੇ ਵਿੱਚ ਮੈਡੀਕਲ ਕੈਂਪ ਵੀ ਲਗਾਉਣਾ ਹੋਵੇ ਤਾਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦਾ। ਸਾਡਾ ਜਿਹੜਾ ਹੈਲਪਲਾਈਨ ਨੰਬਰ ਆ 85 67 85 67 35 ਆ। 500 ਰੁਪਏ ਦੇ ਵਿੱਚ ਮੈਂ ਦੱਸ ਦਵਾਂ 60 ਟੈਸਟ ਹੁੰਦੇ ਆ, ਔਰ 800 ਰੁਪਏ ਦੇ ਵਿੱਚ 70 ਟੈਸਟ ਹੁੰਦੇ ਆ। ਅੱਜ ਵੱਜ ਕੇ ਇੱਕ ਜੈਕਾਰਾ ਲਾਉਣਾ, ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਨਕੋਦਰ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਲੋੜਾਂ ਨੇ, ਬਹੁਤ ਸਾਰੇ ਹਸਪਤਾਲਾਂ ਦੀਆਂ ਲੋੜਾਂ ਨੇ, ਲੈਬੋਰਟਰੀ ਦੀਆਂ ਲੋੜਾਂ ਨੇ। ਬਹੁਤ ਸਾਰੇ ਜਿਹੜੇ ਮੇਰੇ ਵੀਰ ਆ ਉਹ ਆਪਣਾ ਇਲਾਜ ਨਹੀਂ ਕਰਾ ਸਕਦੇ, ਆਪਣੇ ਟੈਸਟ ਨਹੀਂ ਕਰਾ ਸਕਦੇ। ਅੱਜ ਇੱਕ ਬਹੁਤ ਹੀ ਵਧੀਆ ਉਪਰਾਲਾ, ਮੈਂ ਕਹਿੰਦਾ ਬਹੁਤ ਹੀ ਵਧੀਆ ਉਪਰਾਲਾ ਕੀਤਾ ਸ਼੍ਰੀ ਗੁਰਦੁਆਰਾ ਸਿੰਘ ਸਭਾ ਨਕੋਦਰ ਵੱਲੋਂ। ਇੱਕ ਚੈਰੀਟੇਬਲ ਲੈਬੋਰਟਰੀ ਦਾ ਸ਼ੁਭ ਆਰੰਭ ਕੀਤਾ ਗਿਆ, ਸ਼ੁਰੂਆਤ ਕੀਤੀ ਗਈ ਆ, ਜਿੱਥੇ ਕਿ ਲੋੜਵੰਦਾਂ ਦੇ ਟੈਸਟ ਹੋਣਗੇ। ਇੰਨੇ ਘੱਟ ਰੇਟਾਂ ਦੇ ਟੈਸਟ ਹੋਣਗੇ ਕਿ ਸਾਨੂੰ ਵੀ ਪੜ੍ਹ ਕੇ ਯਕੀਨ ਨਹੀਂ ਆਇਆ। ਕੁਛ ਟੈਸਟ ਆ ਜਿਵੇਂ ਸ਼ੂਗਰ ਦਾ ਟੈਸਟ ਆ, ਜਿਹੜਾ ਬਾਹਰ 30 ਰੁਪਏ ਦਾ, ਇੱਥੇ 10 ਰੁਪਏ ਦਾ। ਜਿਹੜੇ ਸਾਰੇ ਤਮਾਮ ਸਰੀਰ ਦੇ ਟੈਸਟ ਆ 75%, ਇੱਕ ਬਹੁਤ ਹੈਰਾਨੀ ਦੀ ਗੱਲ ਆ। ਇੱਦਾਂ ਦੇ ਕਦਮ ਜਿਹੜੇ ਆ ਹਰ ਸੰਸਥਾ ਨੂੰ ਚੱਕਣੇ ਚਾਹੀਦੇ ਆ। ਅੱਜ ਸੰਸਥਾ ਗੁਰਦੁਆਰਾ ਸਿੰਘ ਸਭਾ ਨੇ ਇੱਕ ਜਿਹੜਾ ਇਤਿਹਾਸਿਕ ਫੈਸਲਾ ਕੀਤਾ, ਇਤਿਹਾਸਿਕ ਫੈਸਲਾ ਹੀ ਕਹਾਂਗੇ, ਚੈਰੀਟੇਬਲ ਲੈਬੋਰਟਰੀ, ਇੱਕ ਹਰ ਲੋੜਵੰਦ ਨੂੰ ਇਸ ਦੀ ਜ਼ਰੂਰਤ ਆ। ਮੈਂ ਇੱਥੇ ਥੋੜ੍ਹੀ ਜਿਹੀ ਗੱਲਬਾਤ ਵੀ ਕਰਾਂਗਾ, ਕਿਉਂਕਿ ਇੱਕ ਮੈਂ ਤਾਂ ਖੁਦ ਹੀ ਭਾਵਕ ਹੋ ਰਿਹਾ ਹਾਂ ਕਿ ਇੱਕ ਲੋੜਵੰਦਾਂ ਨੂੰ ਵੀ ਮਦਦ ਕਰਨੀ, ਇਨਸਾਨਾਂ ਦੀ ਮਦਦ ਕਰਨੀ, ਜਿਨ੍ਹਾਂ ਦੇ ਟੈਸਟ ਨਹੀਂ ਹੋ ਸਕਦੇ, ਡਾਕਟਰ ਮਹਿੰਗੇ ਮਹਿੰਗੇ ਟੈਸਟ ਲਿਖਦੇ ਨੇ, ਉਹਨਾਂ ਦੀ ਮਦਦ ਕਰ ਰਹੇ ਨੇ। ਮੈਂ ਗੱਲਬਾਤ ਥੋੜ੍ਹੀ ਥੋੜ੍ਹੀ ਸਾਰਿਆਂ ਨਾਲ ਕਰਾਂਗਾ। ਪਹਿਲੇ ਮੇਰੇ ਬਾਹਰੋਂ ਵੀਰ ਆਏ ਨੇ, ਸਰ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਬਹੁਤ ਹੀ ਖੁਸ਼ੀ ਹੋਈ ਹੈ ਕਿ ਇੱਥੋਂ ਦੀ ਪ੍ਰਬੰਧਕ ਕਮੇਟੀ ਅਤੇ ਡਾਕਟਰਾਂ ਨੇ ਮਿਲ ਕੇ ਗੁਰੂ ਘਰ ਸਿੰਘ ਸਭਾ ਵਿਖੇ ਲੈਬੋਰਟਰੀ ਖੋਲ੍ਹੀ ਹੈ ਅਤੇ ਉਸ ਦੀ ਅੱਜ ਆਰੰਭਤਾ ਕੀਤੀ ਹੈ। ਅਤੇ ਜੋ ਕਿ ਗਰੀਬ ਜਨਤਾ ਹੈ ਉਸਨੂੰ ਬਹੁਤ ਹੀ ਸਹਿਯੋਗ ਮਿਲੇਗਾ, ਜੋ ਕਿ ਮਹਿੰਗੇ ਮਹਿੰਗੇ ਅਸੀਂ ਟੈਸਟ ਨਹੀਂ ਕਰਾ ਸਕਦੇ, ਉਹ ਇੱਥੋਂ ਸਾਨੂੰ ਬਹੁਤ ਹੀ ਸਸਤੇ ਰੇਟਾਂ 'ਤੇ ਕਰਵਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਭ ਤੋਂ ਪਹਿਲਾਂ ਅਰਦਾਸ ਹਰਵਿੰਦਰ ਸਿੰਘ ਪੁੱਚਰ, ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤਹਿ ਦਿਲੋਂ ਧੰਨਵਾਦ ਕਰਦਾ। ਸੋ ਗੁਰਦੁਆਰਾ ਸਿੰਘ ਸਭਾ ਨਕੋਦਰ ਦੀ ਸਮੁੱਚੀ ਪ੍ਰਬੰਧਕ ਕਮੇਟੀ ਅਤੇ ਲਾਈਫ ਕੇਅਰ ਫਾਊਂਡੇਸ਼ਨ ਚੈਰੀਟੇਬਲ ਟਰੱਸਟ ਦਾ, ਜਿਨ੍ਹਾਂ ਨੇ ਇੱਕ ਵਿਸ਼ੇਸ਼ ਉਪਰਾਲਾ ਕੀਤਾ। ਵਿਸ਼ੇਸ਼ ਉਪਰਾਲੇ ਤੋਂ ਭਾਵ ਵੀ ਇੱਕ ਬਹੁਤ ਵਧੀਆ ਪਹਿਲਕਦਮੀ ਕੀਤੀ ਆ। ਸੋ ਇੱਥੇ ਇੱਕ ਲੈਬੋਰਟਰੀ ਦਾ ਜਦੋਂ ਉਦਘਾਟਨ ਕੀਤਾ ਗਿਆ, ਆਪਾਂ ਦੇਖਦੇ ਬਾਜ਼ਾਰ ਵਿੱਚ ਬਹੁਤ ਲੁੱਟ ਖਸੁੱਟ ਆ।
ਸੋ ਡਾਕਟਰ ਕਹਿੰਦੇ ਆ ਵੀ ਜੇਕਰ ਤੁਸੀਂ ਇਸ ਲੈਬੋਰਟਰੀ ਤੋਂ ਹੀ ਟੈਸਟ ਕਰਾਉਂਗੇ ਫਿਰ ਹੀ ਅਸੀਂ ਤੁਹਾਡਾ ਟੈਸਟ ਦੇਖਣਾ। ਸੋ ਇਹਦਾ ਮਤਲਬ ਇਹ ਆ ਵੀ ਉੱਥੇ ਕਿਤੇ ਨਾ ਕਿਤੇ ਜਿਹੜਾ ਕੋਈ ਨਾ ਕੋਈ ਜਿਹੜਾ ਉਹਨਾਂ ਦਾ ਸਾਂਝੇ ਤੌਰ ਦੇ ਉੱਤੇ ਜਨਤਾ ਨੂੰ ਲੁੱਟਣ ਦਾ ਜਿਹੜਾ ਕੰਮ ਚੱਲ ਰਿਹਾ। ਸੋ ਇਹ ਲਾਇਬ੍ਰੇਰੀ ਜਿਹੜੀ ਲੈਬੋਰਟਰੀ ਆ, ਸੋ ਇਹ ਇੱਕ ਰਜਿਸਟਰਡ ਲੈਬੋਰਟਰੀ ਆ ਨੈਸ਼ਨਲ ਤੌਰ ਦੇ ਉੱਤੇ, ਜਿਹਨੂੰ ਕੋਈ ਵੀ ਚੈਲੇਂਜ ਨਹੀਂ ਕਰ ਸਕਦਾ, ਹੁਣੇ ਵੀਰ ਜੀ ਹੁਣਾਂ ਨੇ ਦੱਸਿਆ। ਸੋ ਜੇ ਮੈਂ ਗੁਰਸਿੱਖੀ ਦੇ ਸਿਧਾਂਤ ਦੇ ਤੌਰ 'ਤੇ ਦੇਖਾਂ ਤਾਂ ਸਾਡੀ ਅਰਦਾਸ ਹੀ ਜਿਹੜੀ ਆ ਪੂਰੀ ਨਹੀਂ ਹੁੰਦੀ ਜਿੰਨਾ ਚੱਕਰ ਅਸੀਂ ਕਹਿੰਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਬਦਾ ਫਲਾ। ਸੋ ਇਹ ਸਰਬੱਤ ਦੇ ਭਲੇ ਦਾ ਕਾਰਜ ਆ, ਭਾਵੇਂ ਗੁਰੂ ਘਰ ਦੇ ਵਿੱਚ ਲੈਬੋਰਟਰੀ ਖੋਲ੍ਹੀ ਗਈ ਆ, ਪਰ ਇੱਥੇ ਜਿਹੜਾ ਮਰਜ਼ੀ ਪ੍ਰਾਣੀ ਆ ਕੇ ਜਿਹੜਾ ਆਪਣਾ ਇਲਾਜ ਜਿਹੜਾ ਟੈਸਟ ਜਿਹੜਾ ਕਰਾ ਸਕਦਾ। ਸੋ ਬਾਜ਼ਾਰ ਨਾਲੋਂ ਘੱਟ ਰੇਟਾਂ ਦੇ ਉੱਤੇ ਇਹ ਸਹੂਲਤ, ਮੈਂ ਕਹਿੰਦਾ ਵੀ ਅੱਜ ਦੇ ਇਸ ਮਹਿੰਗਾਈ ਦੇ ਦੌਰ ਵਿੱਚ ਸੋ ਇੱਕ ਬਹੁਤ ਵਧੀਆ ਪਹਿਲ ਕਦਮੀ ਆ। ਸੋ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਪਹਿਲੇ ਵੈਦ ਹੋਏ ਜਿਨ੍ਹਾਂ ਨੇ ਪ੍ਰੇਮੇ ਕੋਹੜੀ ਅਰਗਿਆਂ ਦਾ ਇਲਾਜ ਕੀਤਾ। ਪੰਚਮ ਪਾਤਸ਼ਾਹ ਮਹਾਰਾਜ ਲਾਹੌਰ ਦੇ ਵਿੱਚ ਜਦੋਂ ਪਲੇਂਗ ਪੈਂਦੀ ਆ 2 ਲੱਖ ਰੁਪਈਆ, ਸੋ ਉਸ ਸਮੇਂ ਦੀ ਕੀਮਤ ਸੀ 2 ਲੱਖ ਰੁਪਈਆ। ਸੋ ਜਿਹੜਾ ਗੁਰੂ ਘਰ ਦੇ ਖਜ਼ਾਨੇ ਵਿੱਚੋਂ ਮਹਾਰਾਜ ਨੇ ਦੁਖੀਆਂ ਦੀ ਸਹਾਇਤਾ ਦੇ ਲਈ ਵਰਤਿਆ। ਸੋ ਇਸ ਤਰ੍ਹਾਂ ਜੋ ਸਾਡੇ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਸਿਖਾਇਆ ਉਸ ਸਿਧਾਂਤ ਦੇ ਅਨੁਸਾਰ ਹੀ ਅੱਜ ਇੱਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਵੱਡਾ ਫੈਸਲਾ ਲਿਆ, ਵਧਾਈ ਦੇ ਪਾਤਰ ਆ। ਗੁਰੂ ਕਿਰਪਾ ਕਰੇ, ਰਹਿਮਤ ਕਰੇ, ਸਮੁੱਚੀਆਂ ਨਗਰ ਦੀਆਂ ਸੰਗਤਾਂ, ਨਕੋਦਰ ਦੀਆਂ ਸੰਗਤਾਂ ਸਾਰੀਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ, ਤਹਿ ਦਿਲੋਂ ਧੰਨਵਾਦ। ਅਸੀਂ ਵੀ ਇਹ ਯਤਨ ਕਰਾਂਗੇ ਵੀ ਜੇਕਰ ਸਾਨੂੰ ਕੋਈ ਮਿਲੇ ਸੋ ਸਾਨੂੰ ਪੁੱਛੇ ਵੀ ਕਿੱਥੋਂ ਜਿਹੜਾ ਕਿਤੇ ਸਸਤਾ ਜਿਹੜਾ ਇਲਾਜ ਹੋਵੇ ਜਾਂ ਕੋਈ ਸਸਤਾ ਟੈਸਟ ਹੋਵੇ, ਅਤੇ ਅਸੀਂ ਵੀ ਉਹਨਾਂ ਨੂੰ ਜਿਹੜਾ ਇਹੀ ਸਲਾਹ ਦੇਵਾਂਗੇ ਕਿ ਤੁਸੀਂ ਜਿਹੜਾ ਗੁਰਦੁਆਰਾ ਸਿੰਘ ਸਭਾ ਉੱਥੇ ਚੈਰੀਟੇਬਲ ਲੈਬੋਰਟਰੀ ਜਿਹੜੀ ਆ ਓਪਨਿੰਗ ਹੋਈ ਆ ਉੱਥੋਂ ਜਾ ਕੇ ਸੋ ਬਾਜ਼ਾਰ ਨਾਲੋਂ ਘੱਟ ਰੇਟਾਂ 'ਤੇ ਤੁਸੀਂ ਜਿਹੜਾ ਟੈਸਟ ਕਰਾ ਸਕਦੇ। ਸੋ ਮੈਂ ਆਪ ਜੀ ਦੇ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ, ਏਕਤਾ ਲਹਿਰ ਦਾ, ਜਿਹੜਾ ਸਮੇਂ ਸਮੇਂ 'ਤੇ ਨਕੋਦਰ ਦੀ ਸਾਰੀ ਗਤੀਵਿਧੀ ਜਿਹੜੀ ਆ ਉਹ ਸਮੁੱਚੀਆਂ ਸੰਗਤਾਂ ਤੱਕ ਪਹੁੰਚਾਉਂਦੇ ਰਹਿੰਦੇ ਆ। ਸੋ ਇੱਕ ਵਾਰ ਫਿਰ ਤੋਂ ਵੀਰ ਜੀ, ਵੱਡੇ ਵੀਰ ਭਾਈ ਇਕਬਾਲ ਸਿੰਘ ਜੀ, ਉਹਨਾਂ ਨੂੰ ਵਧਾਈ ਦਿੰਦਾ, ਉਹਨਾਂ ਦੀ ਸਮੁੱਚੀ ਟੀਮ ਖੜ੍ਹੀ, ਚਾਵਲਾ ਸਾਹਿਬ ਖੜ੍ਹੇ ਆ। ਸੋ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਕਬਾਲ ਸਿੰਘ ਜੀ ਨਾਲ ਮੈਂ ਜ਼ਰੂਰ ਗੱਲਬਾਤ ਕਰਾਂਗਾ, ਕਿਸ ਤਰ੍ਹਾਂ ਤੁਹਾਡੇ ਮਨ ਦੇ ਵਿੱਚ ਆਇਆ ਕਿ ਇਹ ਜਿਹੜਾ ਉਪਰਾਲਾ ਤੁਹਾਡਾ ਇਹ ਸ਼ੁਰੂ ਕਰਨਾ ਚਾਹੀਦਾ ਇੱਥੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੀ ਬੜੀ ਦੇਰ ਦੀ ਇੱਕ ਤਮੰਨਾ ਸੀਗੀ ਕਿ ਅਸੀਂ ਇੱਕ ਸ਼ਹਿਰ ਦੇ ਵਿੱਚ ਵਧੀਆ ਹੈਲਥ ਸਹੂਲਤ ਦੇ ਸਕੀਏ। ਉਹਦੇ ਵਿੱਚ ਸਾਡਾ ਸੰਪਰਕ ਲਾਈਫ ਕੇਅਰ ਫਾਊਂਡੇਸ਼ਨ ਦੇ ਨਾਲ ਹੋਇਆ, ਉਹਨਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਕਿਉਂਕਿ ਸਾਨੂੰ ਉਹਨਾਂ ਦਾ ਇੱਕ ਜਿਹੜਾ ਉਹਨਾਂ ਦਾ 75% ਲੈਸ ਮਾਰਕੀਟ ਨਾਲ ਉਹਦਾ ਰੇਟ ਦੇ ਰਹੇ ਸੀਗੇ। ਸਾਨੂੰ ਉਹ ਬਹੁਤ ਵਧੀਆ ਲੱਗਿਆ ਕਿਉਂਕਿ ਸਾਨੂੰ ਇਹ ਸੀਗਾ ਕਿ ਸ਼ਹਿਰ ਦੇ ਵਿੱਚ ਹਰੇਕ ਬੰਦੇ ਨੂੰ ਇੱਕ ਵਧੀਆ ਹੈਲਥ ਸਹੂਲਤ ਮਿਲਣੀ ਚਾਹੀਦੀ ਆ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਇਸ ਚੀਜ਼ ਦਾ ਵੱਧ ਤੋਂ ਵੱਧ ਫਾਇਦਾ ਉਠਾਓ ਔਰ ਇਸ ਚੀਜ਼ ਨੂੰ ਬਾਕੀ ਵੀ ਹੋਰ ਸੰਗਤ ਤੱਕ ਜਿੱਥੇ ਤੋਂ ਵੱਧ ਤੋਂ ਵੱਧ ਪਹੁੰਚਾ ਸਕਦੇ ਉਹਨੂੰ ਪਹੁੰਚਾਇਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਨਾਂ ਦੱਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਵਿੰਦਰ ਸਿੰਘ ਜੀ ਢਿੰਗਰਾ ਸਾਹਿਬ, ਮੈਂ ਇੱਥੇ ਦੱਸਣਾ ਚਾਹੁੰਦਾ ਹਾਂ ਜਿਹੜੀ ਅੱਜ ਲੈਬ ਖੁੱਲ੍ਹੀ ਆ NBAL ਤੋਂ ਪ੍ਰਮਾਣਿਤ ਆ, ਭਾਰਤ ਸਰਕਾਰ ਵੱਲੋਂ ਮਨਜ਼ੂਰ ਆ। ਇੱਥੇ ਕੀਤੇ ਟੈਸਟ ਨੂੰ ਕੋਈ ਵੀ ਡਾਕਟਰ ਵੱਲੋਂ ਚੈਲੇਂਜ ਨਹੀਂ ਹੈਗਾ, ਜੋ ਕਿ ਲੈਬ ਦੇ ਜਿਹੜੇ ਸੱਜਣ ਆਏ ਆ ਉਹਨਾਂ ਨੇ ਸਾਨੂੰ ਦੱਸਿਆ ਆ। ਸੋ ਇਸ ਕਰਕੇ ਮੈਂ ਨਕੋਦਰ ਨਿਵਾਸੀਆਂ ਨੂੰ ਅਤੇ ਨਾਲ ਆਲੇ ਦੁਆਲੇ ਦੇ ਪਿੰਡਾਂ ਦੀਆਂ ਸੰਗਤਾਂ ਨੂੰ ਵੀ ਬੇਨਤੀ ਕਰਦਾ, ਬਹੁਤ ਘੱਟ ਰੇਟ 'ਤੇ ਵਧੀਆ ਟੈਸਟ ਇੱਥੋਂ ਆਓ ਕਰਾਓ ਅਤੇ ਆਪਣੀ ਸਿਹਤ ਦਾ ਵੀ ਖਿਆਲ ਰੱਖੋ, ਆਪਣੀ ਸਿਹਤ ਦਾ ਕਹਿੰਦੇ ਧਿਆਨ ਰੱਖੋ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਮੈਂ ਸਾਰੀ ਸੰਗਤ ਨੂੰ, ਨਕੋਦਰ ਨਿਵਾਸੀਆਂ ਨੂੰ, ਸਾਰੀ ਪ੍ਰਬੰਧਕ ਕਮੇਟੀ ਨੂੰ ਜਿਨ੍ਹਾਂ ਨੇ ਸਾਰਾ ਸਹਿਯੋਗ ਦਿੱਤਾ, ਸਿੰਘ ਸਾਹਿਬਾਨ ਆਏ ਨੇ ਸਾਡੇ, ਅਸੀਂ ਉਹਨਾਂ ਦਾ ਵੀ ਧੰਨਵਾਦੀ ਹਾਂ, ਚੈਰੀਟੇਬਲ ਲੈਬੋਰਟਰੀ ਵਾਲਿਆਂ ਦਾ ਧੰਨਵਾਦੀ ਹਾਂ ਜਿਹੜਾ ਸਾਡਾ ਉਹਨਾਂ ਨੇ ਕਹਿਣਾ ਮੰਨ ਕੇ ਨਕੋਦਰ ਦੇ ਵਿੱਚ ਇਹ ਉਪਰਾਲਾ ਕੀਤਾ। ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ, ਮੈਂ ਤਾਂ ਬੈਠਾ ਲੈਬੋਰਟਰੀ ਦੇ ਲਾਗੇ, ਹਸਪਤਾਲ ਸਿਵਲ ਹਸਪਤਾਲ ਮੇਰੀ ਦੁਕਾਨ ਦੇ ਸਾਹਮਣੇ ਲੈਬੋਰਟਰੀਆਂ ਮੇਰੇ ਲਾਗੇ, ਜਿੰਨੇ ਕੁ ਲੋਕ ਦੁਖੀ ਸੀ ਅਸੀਂ ਸਾਰੀ ਮੀਟਿੰਗ ਕੀਤੀ ਕਮੇਟੀ ਨੇ ਕਰਕੇ ਉਪਰਾਲਾ ਕੀਤਾ ਵਾ। ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੱਧ ਤੋਂ ਵੱਧ ਸਹਿਯੋਗ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕੁਲਵੰਤ ਸਿੰਘ, ਮੈਂ ਬਹੁਤ ਬਹੁਤ ਧੰਨਵਾਦੀ ਹਾਂ ਲਾਈਫ ਕੇਅਰ ਫਾਊਂਡੇਸ਼ਨ ਦਾ, ਜਿਨ੍ਹਾਂ ਨੇ ਕਿ ਗੁਰਦੁਆਰਾ ਸਿੰਘ ਸਭਾ ਵਿਖੇ ਇਹ ਜਿਹੜਾ ਗੁਰਦੁਆਰੇ ਦੀ ਸਹਿਯੋਗ ਦੇ ਨਾਲ ਇਹ ਸਹੂਲਤ ਦਿੱਤੀ ਆ। ਮੈਂ ਇਲਾਕਾ ਨਿਵਾਸੀ ਸਮੂਹ ਜਿਹੜੇ ਸੰਗਤ ਆ ਉਹਨਾਂ ਨੂੰ ਬੇਨਤੀ ਕਰਦਾ ਕਿ 75% ਔਫ 'ਤੇ ਹਰੇਕ ਤਰ੍ਹਾਂ ਦਾ ਟੈਸਟ, ਬੋਡੀ ਟੈਸਟ ਜਿਹੜਾ ਸਾਰੇ ਹੀ ਟੈਸਟ ਆ ਉਹ ਕੀਤੇ ਜਾਂਦੇ ਆ। ਸੋ ਸਾਰੇ ਹੀ
समूह जिहड़े इलाका निवासियों नूं बेनती आ चैनल दे राही कि वह इस थां ते आण के अपने टैस्ट कराओ ते जिहड़ी बाहर लुट खसुट हो रही है उहदे तों बचो। ते मैं एकता लहर दे चैनल दा बहुत बहुत धन्नवाद करदा कि जिहड़ा समें समें ते आण के ये रिकॉर्डिंग करदे आ। बहुत बहुत धन्नवाद। वाहिगुरू जी का खालसा, वाहिगुरू जी की फतेह। मैं अमरप्रीत सिंह खुराना, मैं गुरद्वारा श्री गुरु सिंह सभा की प्रबंधक कमेटी वालों लाइफ केयर फाउंडेशन उन्हों का बहुत धन्यवाद करता हाँ जिन्होंने ये कमेटी के नाल रल के उपराला किया है। लबोरटरी जो 75% डिस्काउंट से सारे टैसट इतने होंगे। गुरद्वारा श्री गुरु सिंह सभा की प्रबंधक कमेटी हमेशा ही सरबत के भले वास्ते कार्य करती रहती है। असी आने वाले समय के भी इस तरह ही प्रबंधक कमेटी वालों सरबत के भले वास्ते कार्य जारी रखा। वाहेगुरू जी का खालसा, वाहेगुरू जी। वाहेगुरू जी का खालसा, वाहेगुरू जी की फतेह। जिस तरह साढ़े गुरद्वारा सिंह सभा नकोदर की टीम ने सारी ने दसिया साड़ी लाइफ केयर फाउंडेशन बारे और साड़ी लाइफ केयर फाउंडेशन दी लैबा तकरीबन 70 तो उपर चल रही हैं पंजाब दे विच और 7 लैबा हरियाणा दे विच भी चल रही हैं। ये साढ़े कलैक्शन सेंटर आ, इतों सैंपल की कलैक्शन सवेरे 7 बजे तो लैके 12 बजे तक होया करेगी। सो संगत को मैं दसना चाहना कि जिन्हें भी सैंपल देना सवेरे खाली पेट 7 बजे तो 12 बजे के खाली पेट आके इतने सैंपल दे सकते। सो मैं नकोदरी साध संगत को यह भी बेनती करना चाहना कि जिन्हें भी टैसट कराने वो अपने बजुर्गों के जरूर टैसट कराओ ता कि जे कोई साडे बजुर्गों नूं कोई बीमारी आने तो पहला ही असी उन्हूं हैंडल कर सकीए। खुदा ना खासा रब ना करे किसी नूं शुगर, और शुगर जे असी स्टार्टिंग लैवल दे उत्ते ही उन्हूं पकड़ लिया जाए तो साडे कोल डाइटिशियन भी है। तुसीं जदों इत्थे आओगे लैब टैक्नीशियन साडा होएगा, उन्हूं दसो वो थोड़े नाल डाइटिशियन साडे दे कॉन्टैक्ट कराएगा। उन्हां दा नंबर थोनू थोड़ा नंबर वो डाइटिशियन पहुँच जाएगा और थोनू वो चार्ट बना के भेज देंगे डाइट का, तुसी केड़ी डाइट लैनी है केड़ी खानी है और उदे नाल परहेज दे नाल ही थोड़ियां सारियां बीमारियों का कंट्रोल किया जा सकता। और मैं ये भी बेनती करूँगा नकोदर की साध संगत को, जे किसी साध संगत ने अपने पिंड दे विच अपने एरिए दे विच मेडिकल कैंप भी लगाना होवे ते साडे नाल राबता कायम कर सकदा। साडा जिहड़ा हैल्पलाइन नंबर आ 85 67 86 65 35 आ, वो इस सेवावां दे अधीन ही जिहड़ा साडा किसान मोर्चे दे उत्ते किसान मजदूर एकता होस्पिटल चलदा सी वो इस टाइम भोपर दे लागे जलंधर तो पठानकोट रोड दे उत्ते चल रहा है, उत्थे सेवावां निभा रहा किसान मजदूर एकता होस्पिटल। सो असी होर साध संगत नूं भी बेनती करदे आं भी कल नूं इत्थे साडे 30-35 पेशेंट हो भी जांदे आ ना, ते असी डॉक्टर दी भाजी मैं तुहानूं इह भी बेनती करदा डॉक्टर भी इत्थे प्रोवाइड करके देवांगे, जिहड़ा कि साडे जिहड़े मरीज आउंदे आ उहनां दी देखरेख, उहनां नूं कोई डायग्नोज करना आ, उहनां नूं किहड़ी मतलब दवाई देनी आ, उहदा भी इत्थे इंतजाम कीता जाऊगा इन फ्यूचर जिस तरह संगत का सहयोग होया। भाई इकबाल सिंह जी, एक बहुत बड़ा सर भरोसा दिता तुहानूं, जे डॉक्टर की भी लोड़ पई डॉक्टर भी प्रोवाइड इत्थे कीता जाएगा, किस तरह वेखदे हो तुसीं? बहुत अच्छी गल है जी, मैंने तो इन्होंने हुण दस्सिया तो बहुत अच्छी गल है। जे यह भी फैसिलिटी सानूं मिल जाए गुरद्वारा साहिब दे विच तां बहुत वधिया सोने के सुहागे वाली गल हो जाएगी जी। गुरद्वारा सिंह सभा वालों कुछ कहना चाहते हैं? हाँ जी, मैं होर भी दसना चाहता कि साड़ी जिहड़ी गुरद्वारा सिंह सभा की कमेटी है उन्होंने एक पावर आ अथॉरिटी आ भी ये जे रिकमेंड करते हैं ना कोई गरीब गुरबा आ भी वो अपना टैसटा के पैसे नहीं दे सकता, तो यह साड़ी कमेटी जे रिकमेंड कर दूगी भी वाकया ही ये लो लैवल चा बॉर्डरलाइन तो थले आ, ये 500 रुपया भी नहीं दे सकता। 500 रुपए के मैं दस दवा 60 टैसट होंगे और 800 रुपए के 70 टैसट होंगे इस लैब के जिहड़े शरीर के जरूरी टैसट आ 70 टैसट सिर्फ तो सिर्फ 800 रुपए के जे तुसीं बाहर कराने तकरीबन 3500 तो 6000 के। सो मैं गुरद्वारा प्रबंधक कमेटी को यह भी दसदा भी जे ये रिकमेंड करे तो उन्होंने टैसट भी फ्री किए जाएंगे जिहड़ा कोई गरीब गुरबा अफोर्ड नहीं कर सकता। बहुत बहुत धन्यवाद जी। गुरद्वारा प्रबंधक कमेटी सिंह सभा प्रबंधक कमेटी नकोदर वालों उपराला एक किया गया आ जिहड़े कि टैसट वा 75% किए गए हैं। मैं एक डॉक्टर साहब ना भी थोड़ी जी मैं गलबात जरूर करनी चाहवागा जिहड़े कि इत्थे आके अपनियां सेवावां दे रहे हैं, एक बाजार नालों बहुत घट रेट है, मैं थोड़ी जी इन्हां नाल सर गलबात जरूर करना चाहवागा जी। वाहिगुरू जी का खालसा, वाहिगुरू जी की फतह। जी सब तो पहले अपना नाम दसना जी। मेरा नाम राजदीप सिंह है। सर टैसट शुरू किए अज, टोटल किन्ने टैसट इत्थे?
ਹੁਣ ਤੱਕ ਹੋ ਗਏ ਇੱਥੇ ਮਤਲਬ 5 ਪੇਸ਼ੈਂਟ ਹੋ ਗਿਆ ਜੀ 5 ਹੋ ਗਏ ਹਾਂਜੀ ਤੇ ਸਰ ਜੇ ਟੈਸਟਾਂ ਦੀ ਗੱਲ ਕਰੀਏ ਤੇ ਕਿਹੜੇ ਕਿਹੜੇ ਟੈਸਟਾਂ ਦਾ ਆਪਾਂ ਜਿਹੜਾ ਮੋਟਾ ਮੋਟਾ ਜਾਣਾ ਮਤਲਬ ਇੱਥੇ ਹਰੇਕ ਤਰ੍ਹਾਂ ਦੇ ਟੈਸਟ ਹੁੰਦੇ ਜਿਹੜਾ ਮਰਜ਼ੀ ਟੈਸਟ ਕਰਾਓ ਬਾਹਰ ਨਾਲੋਂ 75% ਘੱਟ ਰੇਟ ਆ ਤੇ ਇੱਥੇ ਹੁੰਦੇ ਆ ਟੈਸਟ ਜਿਹੜਾ ਮਰਜ਼ੀ ਟੈਸਟ ਹੈ ਇੱਥੇ ਮਤਲਬ ਹੁੰਦੇ ਆ ਸਾਰੇ ਟੈਸਟ ਇੱਕ ਮੈਂ ਨੋਰਮਲ ਜੀ ਜੇ ਗੱਲ ਕਰਾਂ ਇੱਕ ਸ਼ੂਗਰ ਦਾ ਟੈਸਟ ਜਿਹੜਾ ਬਾਹਰ 30 ਰੁਪਏ ਦਾ ਆ ਇੱਥੇ ਆਪਾਂ ਕਿੰਨੇ ਦਾ ਕਰਾਂਗੇ ਇੱਥੇ ਆਪਣਾ 10 ਰੁਪਏ ਦਾ ਟੈਸਟ ਹੁੰਦਾ ਸ਼ੂਗਰ ਦਾ ਅਤੇ 10 ਰੁਪਏ ਦੇ ਵਿੱਚ ਮਤਲਬ ਆਪਣੇ ਇੱਥੇ ਸ਼ੂਗਰ ਟੈਸਟ ਦੀ ਆਪਾਂ ਰਿਪੋਰਟ ਵੀ ਦਿੰਦੇ ਹਾਂ ਉਹਦੀ ਸ਼ਾਮ ਨੂੰ ਰਿਪੋਰਟ ਆ ਜਾਂਦੀ ਹੈ ਅਤੇ 10 ਰੁਪਏ ਦਾ ਹੁੰਦਾ ਉਹ ਇੱਥੇ ਇੱਕ 3 ਮਹੀਨੇ ਦੀ ਜਿਹੜੀ ਸ਼ੂਗਰ ਹੁੰਦੀ ਆ ਉਹਦਾ ਟੈਸਟ ਆਪਾਂ ਕਿੰਨੇ ਦਾ ਕਰਾਂਗੇ ਹਾਂਜੀ ਉਹਦਾ ਜਿਹੜਾ ਬਾਹਰ ਹੈਗਾ 350-300 ਜਾਂ 400 ਰੇਟ ਹੈਗਾ ਉਹਦਾ ਬਾਹਰ ਆਪਣੇ ਇੱਥੇ 150 ਰੁਪਏ ਦਾ ਹੈਗਾ ਉਹ ਟੈਸਟ ਅਤੇ ਉਹਦੀ ਜਿਹੜੀ ਰਿਪੋਰਟ ਆ ਉਹ ਵੀ ਆਪਾਂ ਨੂੰ ਇੱਥੇ ਸੇਮ ਡੇ ਜਿਹੜੀ ਮੋਬਾਈਲ 'ਤੇ ਪ੍ਰੋਵਾਈਡ ਹੋ ਜਾਂਦੀ ਹੈ ਇਸ ਤੋਂ ਇਲਾਵਾ ਜਿਹੜੇ ਹੋਰ ਮੰਨ ਲਓ ਜਾਂ ਲੀਵਰ ਦਾ ਟੈਸਟ ਕਹਿ ਦਈਏ ਜਾਂ ਕੋਈ ਹੋਰ ਆਪਾਂ ਟੈਸਟ ਕਹਿ ਦਈਏ ਹਾਂਜੀ ਲੀਵਰ ਦੇ ਟੈਸਟ ਜਿੱਦਾਂ ਹੁਣ ਬਾਹਰ ਹੈਗਾ ਆ 350-400 ਰੇਟ ਆ ਉਹਦਾ ਵੀ ਇੱਥੇ ਆਪਣੇ ਲੀਵਰ ਦਾ ਟੈਸਟ ਜਿਹੜਾ ਉਹ 90-100 ਰੁਪਏ ਦਾ ਹੁੰਦਾ ਇੱਥੇ ਜੇ ਆਪਾਂ ਫੁੱਲ ਬੋਡੀ ਦਾ ਕਹਿ ਦਈਏ ਫੁੱਲ ਬੋਡੀ ਦਾ ਫੁੱਲ ਬੋਡੀ ਇੱਥੇ 4-5 ਪੈਕੇਜ ਬਣੇ 500 ਤੋਂ ਸ਼ੁਰੂਆਤ ਆ 500 ਦਾ ਵੀ ਫੁੱਲ ਬੋਡੀ ਪੈਕੇਜ ਹੁੰਦਾ ਇੱਥੇ ਠੀਕ ਹੈ ਆਪਣਾ 950 ਦਾ ਵੀ 800 ਦਾ ਵੀ 750 ਵਾਲਾ ਵੀ ਹੁਣ ਪੇਸ਼ੈਂਟ ਦੇ ਹਿਸਾਬ ਨਾਲ ਰਿਕਮੈਂਡਡ ਮਤਲਬ ਇੱਕ ਹੱਡੀਆਂ ਵਾਲੇ ਡਾਕਟਰ ਬਾਹਰ ਕਹਿ ਦਿੰਦੇ ਜੀ ਵਿਟਾਮਿਨ ਡੀ ਦਾ ਟੈਸਟ ਕਰਾਓ ਉਹ ਜਦੋਂ ਵਿਟਾਮਿਨ ਡੀ ਦਾ ਪੇਸ਼ੈਂਟ ਟੈਸਟ ਕਰਾਉਣ ਜਾਂਦਾ ਉਹ ਟੈਸਟ ਦਾ ਮੇਰੇ ਖਿਆਲ ਬਾਹਰ 1000-1200 ਰੁਪਇਆ ਰੇਟ ਆ ਮੇਰੇ ਖਿਆਲ ਦੇ ਵਿੱਚ ਇੰਨਾ ਕੀ ਹੈ ਜੀ ਹਾਂਜੀ ਬਾਹਰ ਇੰਨਾ ਕੀ ਹੈਗਾ 1000-1200 ਰੇਟ ਹੈਗਾ ਵਿਟਾਮਿਨ ਡੀ ਦਾ ਆਪਣੇ ਇੱਥੇ 270 ਰੁਪਏ ਦਾ ਆ ਉਹ ਅਤੇ ਜਿਹੜਾ ਵਿਟਾਮਿਨ B12 ਉਹ ਆਪਣੇ ਇੱਥੇ 180 ਰੁਪਏ ਦਾ ਆ ਸਾਰੇ ਕਰਨਾਲ ਦੱਸਿਓ ਜੀ ਆਪਣਾ ਹਾਂਜੀ ਰਾਜਦੀਪ ਸਿੰਘ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਸਾਡੇ ਚੈਨਲ ਰਾਹੀਂ ਮੈਸੇਜ ਇਹੀ ਦੇਣਾ ਚਾਹਾਂਗੇ ਕਿ ਮਤਲਬ ਬਹੁਤ ਵਧੀਆ ਉਪਰਾਲਾ ਜਿਹੜਾ ਸਾਡੇ ਲਾਈਫ ਕੇਅਰ ਫਾਊਂਡੇਸ਼ਨ ਕਰ ਰਹੀ ਹੈ ਮਤਲਬ ਲੋਕਾਂ ਨੂੰ ਵੱਧ ਤੋਂ ਵੱਧ ਸਾਡਾ ਸਾਥ ਦੇਣਾ ਚਾਹੀਦਾ ਅਤੇ ਆਉਣ ਵਾਲੇ ਟਾਈਮ 'ਚ ਹੋਰ ਵਧੀਆ ਫੈਸਿਲਿਟੀਆਂ ਦੇਵਾਂਗੇ ਇਹ ਮੈਂ ਹੋਰ ਥੋੜ੍ਹੀ ਜਿਹੀ ਤੁਹਾਡੇ ਕੋਲ ਜਾਂਦੇ ਜਾਂਦੇ ਇੱਕ ਜਾਣਕਾਰੀ ਜ਼ਰੂਰ ਲਵਾਂਗਾ ਇਹ ਟੈਸਟ ਦੀ ਰਿਪੋਰਟ ਕਿਸ ਤਰ੍ਹਾਂ ਤੁਸੀਂ ਦਿਓਗੇ ਅਤੇ ਕਿੱਦਾਂ ਦਿਓਗੇ ਰਿਪੋਰਟ ਜਿੱਦਾਂ ਹੁਣ ਕੋਈ ਟੈਸਟ ਕਰਾ ਕੇ ਜਾਂਦਾ ਫੋਨ 'ਤੇ ਉਹਨਾਂ ਨੂੰ ਸ਼ਾਮੀ 7 ਵਜੇ ਤੋਂ ਲੈ ਕੇ 8 ਵਜੇ ਦੇ ਵਿੱਚ ਉਹਨਾਂ ਨੂੰ ਮੋਬਾਈਲ 'ਤੇ ਆ ਜਾਂਦੀ ਰਿਪੋਰਟ ਠੀਕ ਹੈ ਅਗਲੇ ਦਿਨ ਉਹ ਰਿਪੋਰਟ ਇੱਥੋਂ ਆ ਕੇ ਕਲੈਕਟ ਕਰ ਸਕਦੇ ਆ ਜਦੋਂ ਮਰਜ਼ੀ ਮਤਲਬ ਜਦੋਂ ਮਹੀਨੇ ਦੇ ਵਿੱਚ ਜਦੋਂ ਮਰਜ਼ੀ ਜਦੋਂ ਟਾਈਮ ਲੱਗੇ ਲੈ ਸਕਦੇ ਆ ਰਿਪੋਰਟ ਮੋਬਾਈਲ 'ਤੇ ਵੀ ਉਹਨੂੰ ਕੋਈ ਮੈਸੇਜ ਮੋਬਾਈਲ 'ਤੇ ਵੀ ਟੈਕਸਟ ਮੈਸੇਜ ਦੇ ਥਰੂ ਜਾਂ ਵਟਸਐਪ ਦੇ ਥਰੂ ਜਾਂ ਈਮੇਲ ਦੇ ਥਰੂ ਰਿਪੋਰਟ ਉਹਨਾਂ ਨੂੰ ਪਹੁੰਚ ਜਾਂਦੀ ਹੈ ਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਤਸਵੀਰਾਂ ਤੁਹਾਨੂੰ ਸ਼੍ਰੀ ਗੁਰੂ ਸਿੰਘ ਗੁਰਦੁਆਰਾ ਸਿੰਘ ਸਭਾ ਦੀਆਂ ਦਿਖਾ ਰਹੇ ਸੀ ਜਿੱਥੇ ਅੱਜ ਚੈਰੀਟੇਬਲ ਜਾਣੀ ਕਿ ਲੈਬੋਰਟਰੀ ਦੀ ਅੱਜ ਸ਼ੁਭਾਰੰਭ ਕੀਤਾ ਗਿਆ ਆ ਡਾਕਟਰ ਸਾਹਿਬ ਨਾਲ ਗੱਲਬਾਤ ਕਰਾਈ ਆ ਬਹੁਤ ਘੱਟ ਰੇਟਾਂ 'ਤੇ ਇੱਥੇ ਟੈਸਟ ਕੀਤੇ ਜਾਣੇ ਆ ਟੈਸਟ ਦਾ ਟਾਈਮ ਮੈਂ ਦੱਸ ਦਿਆਂ ਸਵੇਰੇ 7 ਵਜੇ ਤੋਂ ਲੈ ਕੇ 12 ਵਜੇ ਤੱਕ ਆ ਔਰ ਜਿਹੜਾ ਇਹ ਟੈਸਟ ਆ ਖਾਲੀ ਪੇਟ ਸਵੇਰੇ 7 ਵਜੇ ਹੋਏਗਾ ਇਹਦੀ ਰਿਪੋਰਟ ਤੁਹਾਨੂੰ ਸ਼ਾਮ ਤੱਕ ਫੋਨ 'ਤੇ ਵੀ ਦੇ ਦਿੱਤੀ ਜਾਵੇਗੀ ਅਤੇ ਇਹਦਾ ਪ੍ਰਿੰਟ ਵੀ ਦੇ ਦਿੱਤਾ ਜਾਵੇਗਾ ਡਾਕਟਰ ਸਾਹਿਬ ਸ਼ਾਇਦ ਕੁਛ ਹੋਰ ਕੁਛ ਕਹਿਣਾ ਚਾਹੁੰਦੇ ਨੇ ਮੈਂ ਜ਼ਰੂਰ ਕਰਾਂਗਾ ਜੀ ਇੱਕ ਬਹੁਤ ਭਲੇ ਦਾ ਕੰਮ ਕਰ ਰਹੇ ਹੋ ਮੈਂ ਜ਼ਰੂਰ ਗੱਲਬਾਤ ਜ਼ਰੂਰ ਜਿੱਦਾਂ ਹੁਣ ਅੱਜ ਕੱਲ੍ਹ ਮਤਲਬ ਡੇਂਗੂ ਸੈੱਲ ਵਗੈਰਾ ਬਹੁਤ ਘੱਟ ਰਹੇ ਲੋਕਾਂ ਦੇ ਡੇਂਗੂ ਬਿਲਕੁਲ ਜੀ ਬਿਲਕੁਲ ਇੰਪੋਰਟੈਂਟ ਹੈ ਇਹ ਡੇਂਗੂ ਹਰ ਸ਼ਹਿਰ ਦੇ ਵਿੱਚ ਪੈਰ ਪਸਾ ਰਿਹਾ ਹਾਂਜੀ ਡੇਂਗੂ ਦਾ ਜਿੱਦਾਂ ਹੁਣ ਬਾਹਰ 700-800 ਜਾਂ 600 ਰੇਟ ਹੈਗਾ ਬਾਹਰ ਜਿਹੜੇ ਟੈਸਟ ਕਰਦੇ ਇੱਥੇ ਆਪਣੇ ਜਿਹੜਾ ਡੇਂਗੂ ਦਾ ਟੈਸਟ ਹੈਗਾ ਉਹ ਵੀ 250 ਰੁਪਏ ਦੇ ਵਿੱਚ ਹੁੰਦਾ ਅਤੇ ਮਤਲਬ ਉਹਦੀ ਰਿਪੋਰਟ ਵੀ ਆਪਾਂ ਸੇਮ ਡੇ ਸ਼ਾਮ ਨੂੰ ਮੋਬਾਈਲ 'ਤੇ ਦੇ ਦਿੰਦੇ ਹਾਂ ਉਹ ਵੀ ਸੇਮ ਪ੍ਰੋਸੈਸ ਹੀ ਅਗਲੇ ਦਿਨ ਪ੍ਰਿੰਟ ਲੈ ਸਕਦੇ ਹੋ ਵੀ ਮਤਲਬ ਉਹ ਵੀ ਆਪਣੇ ਇੱਥੇ 250 ਰੁਪਏ ਦਾ ਹੁੰਦਾ ਬਹੁਤ ਬਹੁਤ ਸ਼ੁਕਰੀਆ ਜੀ ਤੋਂ ਤਸਵੀਰਾਂ ਤੁਹਾਨੂੰ ਗੁਰਦੁਆਰਾ ਸ੍ਰੀ ਸਿੰਘ ਸਭਾ ਹੋਸਪਿਟਲ ਰੋਡ ਨਕੋਦਰ ਤੋਂ ਦਿਖਾ ਰਹੇ ਸੀ ਜਿੱਥੇ ਕਿ ਅੱਜ ਇਹਨਾਂ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਆ ਜਿੱਥੇ ਕਿ ਟੈਸਟਾਂ ਦੀ ਸ਼ੁਰੂਆਤ ਕੀਤੀ ਗਈ ਲੈਬੋਰਟਰੀ ਟੈਸਟ ਚੈਰੀਟਲ ਲੈਬੋਰਟਰੀ ਟੈਸਟ ਇੱਥੇ ਸ਼ੁਰੂ ਕੀਤੇ ਗਏ ਆ ਬਹੁਤ ਸਸਤੇ ਟੈਸਟ ਆ ਜਿਹੜਾ ਬਾਹਰ ਟੈਸਟ ਸ਼ੂਗਰ ਦਾ 30 ਰੁਪਏ ਦਾ ਵਾ ਉਹ 10 ਰੁਪਏ 'ਚ ਆ ਯੂਰ ਟੈਸਟ ਦਾ ਵੀ ਬਹੁਤ ਸਸਤਾ ਅਲੱਗ ਅਲੱਗ ਟੈਸਟ ਆ ਜਿਹੜੇ ਬਹੁਤ ਸਸਤੇ ਨੇ ਜਿਹੜੇ ਕਿ ਬਾਹਰੋਂ ਮੇਰੇ ਖਿਆਲ ਟ੍ਰਿਪਲ ਰੇਟ 'ਤੇ ਇੱਥੇ 75% ਔਫ 'ਤੇ ਟੈਸਟ ਕੀਤੇ ਜਾ ਰਹੇ ਨੇ ਨਕੋਦਰ ਨਿਵਾਸੀਆਂ ਨੂੰ ਬੇਨਤੀ ਆ ਇਲਾਕਾ ਨਿਵਾਸੀਆਂ ਨੂੰ ਬੇਨਤੀ ਆ ਗੁਰਦੁਆਰਾ ਸਿੰਘ ਸਭਾ ਆਓ ਔਰ ਇਹਨਾਂ ਟੈਸਟਾਂ ਦਾ ਫਾਇਦਾ ਲਓ ਔਰ ਹੋਰ ਵੀ ਆਪਣੇ ਸਾਰੇ ਦੋਸਤਾਂ ਮਿੱਤਰਾਂ ਨੂੰ ਦੱਸੋ ਕੈਮਰਾ ਪਰਸਨ ਸੁਮਿਤ ਧੀਂਗੜਾ ਦੇ ਨਾਲ ਸੁਸ਼ੀਲ ਧੀਂਗੜਾ ਏਕਤਾ ਲਹਿਰ ਨਿਊਜ਼ ਨਕੋਦਰ